ਸਸਕਾ ਦੋਸਤੋ, ਮੈਂ ਹਾਂ ਮੋਹਿਤ ਔਰ ਮੈਂ ਤੁਹਾਨੂੰ ਅੱਜ ਹੈਲਪ ਤੁਹਾਡੀ ਕਰਾਂਗਾ, ਜਸਟ ਇੱਕ ਇਨਫੋਰਮੇਸ਼ਨ ਦੇਣ ਲਈ। ਵੈਸੇ ਮੋਸਟਲੀ ਲੋਕਾਂ ਨੂੰ ਪਤਾ ਹੀ ਹੋਏਗਾ, ਪਰ ਕੁਛ ਲੋਕਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਹੋਏਗਾ, ਆਪਣਾ ਬਿਜਲੀ ਦਾ ਬਿੱਲ, ਆਪਣਾ ਕੈਲਕੂਲੇਸ਼ਨ ਕਿਸ ਤਰ੍ਹਾਂ ਕਰਨੀ ਆ। ਵੈਸੇ ਤਾਂ ਬਿੱਲ ਦੇ ਉੱਪਰ ਸਭ ਦੱਸਿਆ ਹੁੰਦਾ ਉਹਨਾਂ ਨੇ, ਅਤੇ ਫਿਰ ਵੀ ਅਗਰ ਤੁਹਾਨੂੰ ਥੋੜ੍ਹੀ ਜਿਹੀ ਨੌਲੇਜ ਜਾਂ ਕੁਛ ਡਿਟੇਲ ਚਾਹੀਦੀ ਹੋਵੇ ਥੋੜ੍ਹੀ ਬਹੁਤੀ, ਜੇ ਕਿਸੇ ਨੂੰ ਨਹੀਂ ਪਤਾ ਹੋਵੇ ਤਾਂ ਉਹਦੇ ਲਈ ਮੈਂ ਇੱਕ ਛੋਟੀ ਜਿਹੀ ਵੀਡੀਓ ਬਣਾ ਰਿਹਾ, ਤੁਹਾਨੂੰ ਪਤਾ ਲੱਗ ਜਾਏਗਾ। ਅਗਰ ਚੈੱਕ ਕਰਨਾ ਹੋਵੇ, ਕਦੇ ਲੋੜ ਪੈ ਜਾਵੇ, ਤੁਹਾਡਾ ਬਿੱਲ ਚੈੱਕ ਕਰਨਾ, ਕੋਈ ਡਾਊਟ ਆ ਕਿ ਕੁਛ ਹੋਇਆ, ਮਤਲਬ ਕਿ ਤੁਹਾਡੀਆਂ ਯੂਨਿਟਸ ਦੇ ਅਕੋਰਡਿੰਗ ਬਿੱਲ ਨਹੀਂ ਆਇਆ ਜਾਂ ਇੰਨੀ ਕੰਜਮਸ਼ਨ ਨਹੀਂ ਕੀਤੀ, ਉਹ ਸਭ ਕੁਛ ਚੈੱਕ ਕਰਨ ਦੇ ਲਈ ਮੈਂ ਤੁਹਾਨੂੰ ਥੋੜ੍ਹੀ ਡਿਟੇਲ ਦੇ ਦੇਣਾ ਮੈਂ ਇਹਦੀ। ਠੀਕ ਹੈ, ਬਿਜਲੀ ਦੇ ਬਿੱਲ ਦੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂੰਗਾ ਕਿ ਤੁਹਾਡੀ ਨਾ ਮੇਨ ਮੇਨ ਇਨਫੋਰਮੇਸ਼ਨ ਮੈਂ ਅੰਡਰਲਾਈਨ ਕਰ ਦਿੱਤਾ ਵਾ, ਉਹਦੇ ਅਕੋਰਡਿੰਗ ਦੇਖ ਲਓ। ਜਿਵੇਂ ਹੁਣ ਕੰਟਰੈਕਟ ਨੰਬਰ ਤੁਹਾਡਾ ਅਕਾਊਂਟ ਨੰਬਰ 'ਚ ਹੋਏਗਾ, ਬਿਜਲੀ ਦਾ ਅਕਾਊਂਟ ਨੰਬਰ PSPCL ਦਾ, ਉਹ ਆਪਣਾ ਇੱਦਾਂ ਸ਼ੋ ਹੋਏਗਾ। ਠੀਕ ਹੈ, ਦੇਖੋ ਆ, ਦੇਖੋ ਕੰਟਰੈਕਟ ਨੰਬਰ ਹੈ, ਮੋਬਾਈਲ ਨੰਬਰ ਤੁਹਾਡਾ ਸ਼ੋ ਹੋਏਗਾ ਇਸ ਤਰੀਕੇ ਨਾਲ, ਅਤੇ ਡਿਊ ਡੇਟ ਤੁਹਾਡੀ ਸ਼ੋ ਹੋ ਰਹੀ ਆ, ਦੇਖੋ ਕਿੰਨੀ ਬਿੱਲ ਕਦੋਂ ਤੁਸੀਂ ਦੇਣਾ ਵਾ, ਅਤੇ ਤੁਹਾਡਾ ਮੀਟਰ ਨੰਬਰ ਸ਼ੋ ਹੁੰਦਾ। ਇਹ ਮੇਨ ਮੇਨ ਚੀਜ਼ਾਂ ਨੇ, ਠੀਕ ਹੈ ਜੀ। ਲਾਸਟ ਪੇਮੈਂਟ ਤੁਸੀਂ ਆਹ ਕੀਤੀ ਹੈ ਅਤੇ ਕਦੋਂ ਕੀਤੀ ਸੀ, ਇਹ ਵੀ ਡੇਟ ਦਿੱਤੀ ਹੋਈ ਆ, ਅਤੇ ਇਸ ਵਾਰੀ ਯੂਨਿਟਸ, ਪ੍ਰੀਵੀਅਸ ਯੂਨਿਟ 720 ਸੀਗੀਆਂ, ਹੁਣ ਵਾਲੀਆਂ 1716 ਨੇ। ਠੀਕ ਹੈ, ਮਤਲਬ ਯੂਨਿਟਸ ਯੂਨਿਟਸ ਦੀ ਜੋ ਮੀਟਰ ਰੀਡਿੰਗ ਹੋਈ ਹੈ, ਰੀਡਿੰਗ ਪਹਿਲਾਂ ਇਹ ਸੀਗੀ ਪੁਰਾਣੀ, ਹੁਣ ਵਾਲੀ ਇਹ ਆ, ਅਤੇ ਮਾਈਨਸ ਕਰਨ ਤੋਂ ਬਾਅਦ ਜੋ ਆਪਣੀ ਯੂਨਿਟਸ ਜੋ ਆਪਾਂ ਯੂਜ਼ ਕੀਤੀਆਂ 934 ਨੇ। ਠੀਕ ਹੈ, ਇਸ ਅਕੋਰਡਿੰਗ ਤੁਹਾਡਾ ਡੇਟ ਦਿੱਤੀ ਹੋਈ ਹੈ ਬਿੱਲ ਦੀ, ਨੋਰਮਲ ਬਿੱਲ ਦੇਖੋ ਮੇਰਾ, ਇਹ 5-6 ਮਹੀਨੇ ਦਾ ਬਣਿਆ ਹੋਇਆ ਵਾ, 13-2 ਤੋਂ ਲੈ ਕੇ 11-6 ਤੱਕ। ਠੀਕ ਹੈ, 934 ਕੰਜਮਸ਼ਨ ਹੋਈਆਂ, ਟੋਟਲ ਕੰਜਮਸ਼ਨ 934, 119 ਦਿਨਾਂ ਦਾ ਬਿੱਲ ਹੈ। ਠੀਕ ਹੈ, ਇਹ ਤੁਹਾਡੀ ਹੋ ਗਈ। ਦੂਸਰੀ ਚੀਜ਼, ਹੁਣ ਆਪਣੇ ਚਾਰਜਸ ਕਿੱਦਾਂ ਲੱਗਦੇ ਨੇ, ਹੁਣ ਮੈਂ ਤੁਹਾਨੂੰ ਇਹ ਥੋੜ੍ਹਾ ਜਿਹਾ ਵੇਰਵਾ ਦਊਂਗਾ ਇਹਦਾ। ਦੇਖੋ ਆਪਾਂ ਨਾ, ਇਹਨਾਂ ਨੇ ਹਰ ਚਾਰਜਸ ਨੂੰ ਨਾ ਕੈਟੇਗਰੀ ਨਾਲ ਡਿਵਾਈਡ ਕੀਤਾ ਹੋਇਆ ਵਾ, ਅਲੱਗ ਅਲੱਗ ਕੈਟੇਗਰੀ ਦਿੱਤੀ ਹੋਈ ਆ, ਉਹਨੂੰ ਕੈਟੇਗਰੀਆਂ ਨੂੰ ABC ਮਤਲਬ ਅਲਫਾਬੈਟਸ ਦੇ ਅਕੋਰਡਿੰਗ ਡਿਵਾਈਡ ਕੀਤਾ ਹੋਇਆ ਵਾ। ਠੀਕ ਹੈ, ਕੁਛ ਫਿਕਸ ਨੇ, ਕੁਛ ਚੇਂਜ ਹੁੰਦੇ ਰਹਿੰਦੇ ਨੇ। ਠੀਕ ਹੈ, ਮੈਂ ਤੁਹਾਨੂੰ ਬਾਕੀ ਇੱਕ ਤਰ੍ਹਾਂ ਡਿਟੇਲ ਦੱਸ ਦੂੰਗਾ ਕਿ ਕੀ ਕਰਨਾ, ਕਿਸ ਤਰ੍ਹਾਂ ਕਿਹੜੀ ਕਿਹੜੀ ਚੀਜ਼ ਕਿਸ ਤਰ੍ਹਾਂ ਹੁੰਦੀ ਹੈ, ਜੋ ਮੈਨੂੰ ਆਪਣੇ ਵੱਲੋਂ ਜਿੱਦਾਂ ਮੈਨੂੰ ਪਤਾ ਮੈਂ ਤੁਹਾਨੂੰ ਦੱਸੂੰਗਾ। ਠੀਕ ਹੈ, ਅਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਫਿਕਸ ਚਾਰਜਸ ਤੋਂ। ਹੁਣ ਦੇਖੋ, ਆਪਣੇ ਬਿੱਲ ਦੇ ਵਿੱਚ ਨਾ ਇੱਕ ਫਿਕਸ ਚਾਰਜਸ ਹੁੰਦੇ ਨੇ। ਠੀਕ ਹੈ, ਇਹ ਆਪਣੇ ਲੋਡ ਦੇ ਅਕੋਰਡਿੰਗ ਹੁੰਦੇ ਨੇ, ਲੋਡ ਤੁਹਾਡਾ ਜਿੰਨਾ ਵੀ ਹੈਗਾ ਲੋਡ, ਉਹਦੇ ਅਕੋਰਡਿੰਗ ਫਿਕਸ ਪੈਣੇ ਪੈਣੇ ਨੇ। ਹਰ ਵਾਰੀ ਬਿੱਲ ਵਿੱਚ ਐਡ ਹੋਣੇ ਹੋਣੇ ਇੰਨੇ, 190 ਦਾ ਹੋਏਗਾ ਹੋਏਗਾ ਮੇਰਾ, ਮੇਰੇ ਬਿੱਲ ਵਿੱਚ ਚਾਹੇ ਮੇਰਾ ਜਿੰਨਾ ਮਰਜ਼ੀ ਬਿੱਲ ਆਵੇ, ਇਹ ਆਪਾਂ ਨੂੰ ਦੇਣੇ ਪੈਣੇ ਫਿਕਸ। ਠੀਕ ਹੈ, ਮਤਲਬ ਇਹ ਆਪਣਾ ਹੈਗਾ 190। ਸਭ ਤੋਂ ਪਹਿਲਾਂ ਮੈਂ ਦੇਖੋ ਕੰਪਿਊਟਰ ਖੋਲ੍ਹਿਆ ਹੋਇਆ ਵਾ, ਤਾਂ ਮੈਂ ਨਾਲ ਦੀ ਨਾਲ ਦਿਖਾ ਦੂੰਗਾ, 190 ਮੈਂ ਐਡ ਕਰ ਲਿਆ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਚਾਰਜਸ ਆਪਣੇ ਫਿਕਸ ਚਾਰਜਸ ਸੀਗੇ, ਉਹ ਆਪਾਂ ਐਡ ਕਰ ਲਏ। ਨੈਕਸਟ ਆਉਂਦੇ ਆਪਣੇ ਐਨਰਜੀ ਚਾਰਜਸ, ਐਨਰਜੀ ਚਾਰਜ ਲਾਈਕ ਆਪਣੇ ਜੋ ਬਿਨ ਯੂਨਿਟਾਂ ਹੋਈਆਂ ਉਹਨਾਂ ਦੇ ਅਕੋਰਡਿੰਗ ਚਾਰਜਸ ਕਿੱਦਾਂ ਬਣਦੇ ਨੇ। ਠੀਕ ਹੈ, ਅਤੇ ਹੁਣ ਤੁਸੀਂ ਇਹਦੇ 'ਚ ਦੇਖੋਗੇ ਆਪਣੇ 934 ਟੋਟਲ ਯੂਨਿਟਸ ਹੈਗੀਆਂ, 934। ਠੀਕ ਹੈ, ਪਰ ਫਿਰ ਵੀ ਇਹਨਾਂ ਨੇ ਚਾਰਜਸ ਅਲੱਗ ਅਲੱਗ ਟਾਈਪ ਕਿਉਂ ਲਾਏ ਹੋਏ ਨੇ, ਦੇਖੋ ਇੱਥੇ ਰੇਟ ਅਲੱਗ ਅਲੱਗ ਹੈ, ਇੱਥੇ ਰੇਟ ਅਲੱਗ ਅਲੱਗ ਹੈ, ਇਹ ਕੀ ਲਿਖਿਆ ਹੈ। ਅਗਰ ਤੁਹਾਨੂੰ ਕਿਸੇ ਨੂੰ ਕੁਛ ਨਾ ਸਮਝਾਉਂਦਾ ਹੋਵੇ ਤਾਂ ਸਿੰਪਲ ਤੁਹਾਨੂੰ ਦੱਸਦਾ, ਤੁਹਾਡੇ ਬਿੱਲ ਦੇ ਨਾ ਬੈਕ ਸਾਈਡ ਦੇ ਉੱਪਰ ਨਾ ਇੱਕ ਛੋਟਾ ਜਿਹਾ, ਮੇਰੇ ਹੁਣ ਇੱਥੇ ਕਾਫੀ ਇਹਦੀ ਸ਼ਾਹੀ ਮੁੱਕੀ ਹੋਈ ਹੈ ਅਤੇ ਤੁਹਾਨੂੰ ਸ਼ਾਇਦ ਨਾ ਦਿਖੇ, ਪਰ ਤੁਸੀਂ ਬਿੱਲ ਦੇ ਵਿੱਚ ਚੈੱਕ ਕਰ ਸਕਦੇ ਹੋ, ਇਹਨਾਂ ਨੇ ਕੈਲਕੂਲੇਸ਼ਨ ਲਿਖੀ ਹੋਈ ਹੈ। ਠੀਕ ਹੈ, ਤੁਹਾਨੂੰ ਮੈਂ ਦਿਖਾ ਦਿੰਦਾ, ਲਾਈਕ ਆਹ ਦੇਖੋ, 0 ਤੋਂ 2 ਕਿਲੋਵਾਟ ਤੱਕ, 0 ਤੋਂ 100 ਯੂਨਿਟਾਂ ਤੱਕ 4.99 ਕੁਛ, ਠੀਕ ਹੈ, 100 ਤੋਂ 300 ਯੂਨਿਟਾਂ ਤੱਕ 6.59 ਤੱਕ, ਠੀਕ ਹੈ, 300 ਤੋਂ ਉੱਪਰ ਯੂਨਿਟਾਂ ਹੋਣ ਤਾਂ 7.20 ਰੁਪਏ, ਮਤਲਬ ਇਸ ਤਰ੍ਹਾਂ ਰੇਟ ਅਲੱਗ ਅਲੱਗ ਰੱਖੇ ਹੋਏ ਨੇ ਇਹਨਾਂ ਨੇ। ਠੀਕ ਹੈ, ਤੁਸੀਂ ਉਹੀ ਆਪਣਾ ਰੇਟ ਚੈੱਕ ਕਰ ਸਕਦੇ ਹੋ ਇਸ ਤਰੀਕੇ ਨਾਲ। ਇੱਥੇ ਵੀ ਇਹਨਾਂ ਨੇ ਰੇਟ ਕੈਲਕੂਲੇਸ਼ਨ ਕੀਤੀ ਹੋਈ ਹੈ, 0 ਤੋਂ 100 ਦੇ ਅਕੋਰਡਿੰਗ ਅਲੱਗ ਰੇਟ ਲੱਗਿਆ ਹੋਇਆ, ਬਾਕੀ ਅਲੱਗ ਰੇਟ ਲੱਗਿਆ ਹੋਇਆ ਵਾ। ਠੀਕ ਹੈ, ਇਹਦੇ ਲਈ ਕੋਈ ਕਨਫਿਊਜ਼ ਨਾ, ਇਹਦੇ ਲਈ ਉਹ ਘਬਰਾਉਣ ਦੀ ਲੋੜ ਨਹੀਂ ਕਿ ਮਤਲਬ ਉਹਨਾਂ ਨੇ ਐਕਸਟਰਾ ਕਿ ਲਾਇਆ ਹੋਇਆ ਵਾ। ਹੁਣ ਨੈਕਸਟ ਦੇਖੋ, ਹੁਣ ਆਪਣਾ ਇਹਨਾਂ ਨੇ ਕੈਲਕੂਲੇਸ਼ਨ ਕਰ ਦਿੱਤੀ, ਇਹਨਾਂ ਟੋਟਲ ਜੋ ਹੋਏਗਾ ਉਹ ਇੱਥੇ ਲਿਖਿਆ ਹੋਏਗਾ, ਸਾਰੀ 934 ਯੂਨਿਟਾਂ ਦਾ ਟੋਟਲ 5520 ਰੁਪਏ ਜੋ ਆਪਣੇ ਬਿੱਲ ਬਣਿਆ ਵਾ ਇਹਨਾਂ ਦੀ, ਕੋਈ ਸਿਰਫ ਇਹਨਾਂ ਦੀ ਯੂਨਿਟਸ ਦੇ ਚਾਰਜਸ ਬਣੇ ਨੇ ਉਹ 5520 ਨੇ, ਅਤੇ ਉਹ ਆਪਾਂ ਆਪਣੇ ਖਰਚੇ ਵਾਲੇ 'ਚ ਐਡ ਕਰ ਦਾਂਗੇ। ਠੀਕ ਹੈ, ਹੁਣ ਆਪਣਾ ਇਹ ਹੋ ਚੁੱਕਾ ਵਾ, ਆਪਣਾ ਮਤਲਬ ਏ ਵੀ ਹੋ ਚੁੱਕਾ ਅਤੇ ਬੀ ਵੀ ਹੋ ਚੁੱਕਾ, ਹੁਣ ਆਪਾਂ ਸੀ 'ਤੇ ਆਵਾਂਗੇ। FCA ਚਾਰਜਸ ਹੁੰਦੇ ਨੇ, ਇਹਦਾ ਹਜੇ ਮੈਨੂੰ ਇੰਨੀ ਨੌਲੇਜ ਹੈ ਨਹੀਂ ਤਾਂ ਮੈਂ ਕੁਛ ਨਹੀਂ ਬੋਲਣਾ ਚਾਹੂੰਗਾ, ਬਟ ਵੈਸੇ ਮੋਸਟਲੀ ਨਹੀਂ ਹੁੰਦੇ, 0 ਹੀ ਹੁੰਦਾ ਮੋਸਟ, ਇਹ ਵੈਸੇ ਕੋਈ ਚੱਕਰ ਨਹੀਂ ਪੈਂਦਾ ਇਹਦਾ। ਐਡੀਸ਼ਨਲ ਸਰਚਾਰਜ ਹੁੰਦੇ ਨੇ, ਇਹ ਕੁਛ ਨਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਜਿਵੇਂ ਲਾਈਕ ਕਈ ਵਾਰ ਗਵਰਨਮੈਂਟ ਨਾ ਕਿਸੇ ਤਰ੍ਹਾਂ ਦਾ ਇੱਕ ਟੈਕਸ ਅਲੱਗ ਚੀਜ਼ ਹੁੰਦੀ, ਸਰਚਾਰਜ ਅਲੱਗ ਚੀਜ਼ ਹੁੰਦੀ, ਕਿਸੇ ਤਰ੍ਹਾਂ ਦਾ ਸਰਚਾਰਜ ਲਾਈਕ ਕੋਈ ਫੰਡ ਚੱਲ ਰਿਹਾ ਵਾ ਕਿਸੇ ਚੈਰਿਟੀ ਟਾਈਪ ਦਾ, ਜਾਂ ਕਿਸੇ ਨੂੰ ਚਾਈਲਡ ਐਜੂਕੇਸ਼ਨ ਦੇ ਲਈ ਕੁਛ, ਕਾਫੀ ਤਰ੍ਹਾਂ ਦੇ ਸਰਚਾਰਜ ਹੁੰਦੇ ਨੇ ਆਪਣੇ, ਹਰ ਤਰ੍ਹਾਂ ਦਾ ਟੈਕਸ, ਸਿਰਫ ਬਿਜਲੀ 'ਚ ਨਹੀਂ, ਕਾਫੀ ਜਗ੍ਹਾ ਲੱਗਦਾ ਹੈ, ਅਤੇ ਇਹ ਹੁਣ ਰੇਟ ਫਿਕਸ ਹੈ ਤਾਂ ਯੂਨਿਟਾਂ ਦੇ ਅਕੋਰਡਿੰਗ ਲੱਗਦਾ ਉੱਪਰ ਇਹ। ਠੀਕ ਹੈ, ਅਤੇ ਉਹਦੇ ਅਕੋਰਡਿੰਗ ਆਪਣਾ 280 ਬਣਦਾ ਮੇਰੇ ਯੂਨਿਟਸ ਦੇ ਅਕੋਰਡਿੰਗ, ਅਤੇ ਇਹ ਵੀ ਆਪਾਂ ਐਡ ਕਰਾਂਗੇ। ਠੀਕ ਹੈ, ਹੁਣ ਇਹਦੇ 'ਚ ਮੈਂ 280 ਐਡ ਕਰ ਦਿੱਤੇ। ਠੀਕ ਹੈ, ਹੁਣ 280 ਐਡ ਹੋ ਗਿਆ। ਨੈਕਸਟ ਆਪਣਾ ਸੀ ਤੋਂ ਬਾਅਦ ਆਉਂਦਾ ਡੀ, ਰੈਂਟਸ। ਰੈਂਟ ਆਪਣੇ ਕੀ ਪੈਂਦਾ, ਮੀਟਰ ਦਾ ਰੈਂਟ ਤਾਂ ਕੋਈ ਹੈ ਨਹੀਂ। ਠੀਕ ਹੈ, ਉਸ ਤੋਂ ਬਾਅਦ GST ਲਗਾਈ ਹੋਈ ਆ,
ਠੀਕ ਹੈ ਜੀ ਐਸ ਟੀ ਦੇ ਅਕੋਰਡਿੰਗ ਆਪਣਾ ਜੀ ਐਸ ਟੀ ਆਪਾਂ ਨੂੰ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਬਾਕੀ ਸਾਰੇ ਜਗ੍ਹਾ ਟੋਟਲ ਦਿੱਤਾ ਹੋਊਗਾ ਤੁਹਾਨੂੰ ਜਿਵੇਂ ਟੋਟਲ ਦਿੱਤਾ ਹੋਇਆ ਵਾ ਇੱਥੇ ਵੀ ਟੋਟਲ ਦਿੱਤਾ ਹੋਇਆ ਸਾਰੇ ਪਾਸੇ ਦਿੱਤਾ ਹੈਗਾ ਇਹਦਾ ਜੀ ਐਸ ਟੀ ਦਾ ਟੋਟਲ ਤੁਹਾਨੂੰ ਅਲੱਗ ਅਲੱਗ ਲਗਾਉਣਾ ਪੈਣਾ ਵਾ ਠੀਕ ਹੈ ਇਹ ਤੁਹਾਨੂੰ ਅਲੱਗ ਅਲੱਗ ਜੋੜਨੇ ਪੈਣੇ ਆ ਲਾਈਕ ਇਕੱਠਿਆਂ ਦਾ ਜੋੜ ਨਹੀਂ ਦਿੱਤਾ ਹੋਇਆ ਇਹਨਾਂ ਨੇ ਕੋਈ ਤੁਸੀਂ ਅਲੱਗ ਅਲੱਗ ਲਗਾਉਣੇ ਪੈਣੇ ਤੁਹਾਨੂੰ ਇਹ ਆਪਣੇ ਪਲੱਸ ਦੇ ਵਿੱਚ ਜੋ ਆਪਾਂ ਕੈਲਕੂਲੇਸ਼ਨ ਕਰ ਰਹੇ ਹਾਂ ਹੁਣ ਮੈਂ 37.76 18.88 ਨੂੰ ਚਾਹੇ ਨੋਰਮਲ ਤਰੀਕੇ ਨਾਲ ਲਿਖ ਸਕਦਾ ਵਾਂ 37 ਨੂੰ ਮੈਂ 38 ਲਿਖ ਦੂੰਗਾ ਅਤੇ 18 ਨੂੰ ਮੈਂ 19 ਲਿਖ ਦੂੰਗਾ ਠੀਕ ਹੈ ਅਤੇ ਆਪਣਾ ਕੁਛ ਇੰਨਾ ਬਿੱਲ ਬਣ ਗਿਆ ਨੈਕਸਟ ਚਲੋ ਜੀ ਐਸ ਟੀ ਵੀ ਹੋ ਗਿਆ ਇਹ ਵੀ ਆਪਾਂ ਐਡ ਕਰ ਲਿਆ ਨੈਕਸਟ ਆਉਂਦੇ ਟੈਕਸਿਸ ਹੁਣ ਟੈਕਸ ਪੈਂਦੇ ਨੇ ਜਿਹੜੇ ਸਰਚਾਰਜ ਅਲੱਗ ਸੀਗਾ ਟੈਕਸ ਤੁਹਾਨੂੰ ਮੈਂ ਹੋਈ ਦੱਸਿਆ ਟੈਕਸ ਅਲੱਗ ਹੁੰਦੇ ਨੇ ਟੈਕਸਿਸ ਦੇ ਅਕੋਰਡਿੰਗ ਆਪਣਾ ਦੇਖੋ ਹੁਣ ਟੈਕਸਿਸ ਟੋਟਲ ਟੈਕਸਿਸ ਜੋ ਪੈਂਦੇ ਨੇ ਆਪਣੇ ਜੋ ਇਹਨਾਂ ਨੇ ਸ਼ੋਅ ਕੀਤੇ ਹੋਏ 1199 ਇਹ ਵੀ ਆਪਣੇ ਆਈ ਥਿੰਕ ਯੂਨਿਟਸ ਮੈਨੂੰ ਜਿਹਨਾਂ ਲੱਗਦਾ ਯੂਨਿਟਸ ਦੇ ਅਕੋਰਡਿੰਗ ਹੀ ਪੈਂਦੇ ਹੋਣਗੇ ਠੀਕ ਹੈ ਬਾਕੀ ਇਹਨਾਂ ਡੀਪਲੀ ਇਹਦਾ ਮੈਨੂੰ ਨਹੀਂ ਤਾਂ ਨੌਲੇਜ ਤਾਂ ਮੈਂ ਤੁਹਾਨੂੰ ਕੁਛ ਵੀ ਗਲਤ ਨਹੀਂ ਸਮਝਦਾ ਪਰ ਟੈਕਸਿਸ ਕਦੀ ਵੀ ਗਲਤ ਨਹੀਂ ਕੋਈ ਜਾਣ ਬੁੱਝ ਕੇ ਗਲਤ ਨਹੀਂ ਲਗਾਏਗਾ ਕਿਉਂਕਿ ਇਹ ਗਵਰਨਮੈਂਟ ਦਾ ਪੂਰੀ ਮਤਲਬ ਕਾਫੀ ਜ਼ਿਆਦਾ ਰਿਕਾਰਡ ਦੇ ਅਕੋਰਡਿੰਗ ਮਤਲਬ ਕਿ ਉਹਨਾਂ ਦੀ ਕੈਲਕੂਲੇਸ਼ਨ ਦੇ ਅਕੋਰਡਿੰਗ ਰੇਟਸ ਦੇ ਅਕੋਰਡਿੰਗ ਲਗਾਇਆ ਜਾਂਦਾ ਵਾ ਤਾਂ 1199 ਆਪਾਂ ਹੋਰ ਐਡ ਕਰਾਂਗੇ ਆਪਣੇ ਬਿੱਲ ਦੇ ਵਿੱਚ ਬਹੱਤਰ ਸੌ ਛਿਆਲੀ ਰੁਪਏ ਕੁਛ ਬਣ ਗਏ ਮੋਸਟਲੀ 90% ਜਾਂ 80% ਤੁਸੀਂ 90% ਲਗਾ ਕੇ ਚੱਲੋ ਬਿੱਲ ਤੁਹਾਡਾ ਇੱਥੇ ਖਤਮ ਹੋ ਜਾਂਦਾ ਵਾ ਇਸ ਤੋਂ ਅੱਗੇ ਕੁਛ ਨਹੀਂ ਕਰਨ ਦੀ ਲੋੜ ਤੁਹਾਡਾ ਬਿੱਲ ਜਿੰਨਾ ਹੈਗਾ ਨਾ ਉਹ ਤੁਹਾਡਾ ਇੱਥੇ ਸ਼ੋਅ ਹੋ ਜਾਏਗਾ ਕਿਉਂਕਿ ਜਿੰਨਾ ਬਿੱਲ ਆਇਆ ਤੁਹਾਡਾ ਇਹ ਬਹੱਤਰ ਸੌ ਛਿਆਲੀ ਇੰਨਾ ਬਿੱਲ ਮੈਨੂੰ ਦੇਣਾ ਪਏਗਾ ਜਿੰਨਾ ਸ਼ੋਅ ਹੋਇਆ ਠੀਕ ਹੈ ਪਰ ਅੱਗੇ ਨਾ ਕਈ ਵਾਰ ਦੋ ਚੀਜ਼ਾਂ ਹੋਰ ਹੁੰਦੀਆਂ ਵਾ ਜਿਵੇਂ ਪ੍ਰੀਵੀਅਸ ਐਡਜਸਟਮੈਂਟ ਐਂਡ ਪ੍ਰੀਵੀਅਸ ਏਰੀਅਰਸ ਠੀਕ ਹੈ ਮੈਂ ਤੁਹਾਨੂੰ ਦੱਸਣਾ ਕੀ ਹੁੰਦੀਆਂ ਇਹ ਵੀ ਕਈ ਵਾਰ ਲੋੜ ਪੈ ਜਾਂਦੀ ਹੈ ਜਿਵੇਂ ਹੁਣ ਦੇਖੋ ਮੇਰਾ ਪ੍ਰੀਵੀਅਸ ਐਡਜਸਟਮੈਂਟ ਆ ਜਦੋਂ ਐਡਜਸਟਮੈਂਟ ਲਿਖਿਆ ਹੋਏਗਾ ਨਾ ਇਹਦਾ ਮਤਲਬ ਮੈਂ ਬਿੱਲ ਐਕਸਟਰਾ ਦਿੱਤਾ ਹੋਇਆ ਵਾ ਪਹਿਲਾਂ ਠੀਕ ਹੈ ਅਤੇ ਉਹ ਉਹਨਾਂ ਨੇ ਸ਼ੋਅ ਕੀਤਾ ਹੋਊਗਾ ਇਹ ਚੀਜ਼ ਆਪਾਂ ਮਾਈਨਸ ਕਰਨੀ ਹੈ ਕਿਉਂਕਿ ਪਹਿਲਾਂ ਮੈਂ ਪੇਮੈਂਟ ਕਰ ਚੁੱਕਾ ਹੈ ਖੁਦ ਦੇਖ ਸਕਦੇ ਹੋ ਇੱਥੇ ਡੇਟ ਦੇਖੋ 6 ਮਹੀਨੇ ਦਾ 119 ਦਿਨ ਦਾ ਬਿੱਲ ਆਪਾਂ ਨੂੰ 2 ਮਹੀਨੇ ਦਾ ਬਿੱਲ ਆਉਂਦਾ ਹੁੰਦਾ ਵਾ ਇਹ ਐਕਚੁਅਲੀ ਲੋਕਡਾਊਨ ਦਾ ਟਾਈਮ ਚੱਲਦਾ ਪਿਆ ਅਤੇ ਉਹਦੇ ਅਕੋਰਡਿੰਗ ਸਾਨੂੰ ਬਿੱਲ ਥੋੜ੍ਹਾ ਜਿਹਾ ਇੱਦਾਂ ਡਿਫਰੈਂਟ ਹੋ ਕੇ ਆਇਆ ਵਾ ਅਤੇ ਉਹਨਾਂ ਨੇ ਪਹਿਲਾਂ ਇੱਕ ਤਰ੍ਹਾਂ ਦਾ ਐਵਰੇਜ ਲੈ ਗਏ ਸੀਗੇ ਰੀਡਿੰਗ ਨਹੀਂ ਦਿੱਤੀ ਸੀ ਬਿੱਲ ਭੇਜਤਾ ਸੀਗਾ ਅਤੇ ਹੁਣ ਉਹਨਾਂ ਨੇ ਬਿਨਾਂ ਹੁਣ ਰੀਡਿੰਗ ਜਦੋਂ ਲੈ ਕੇ ਨੇ ਅਤੇ ਉਸ ਹਿਸਾਬ ਨਾਲ ਐਡਜਸਟਮੈਂਟ ਕਾਫੀ ਕਰਨੀ ਪਈ ਉਹਨਾਂ ਨੂੰ ਅਤੇ ਪਹਿਲਾਂ ਮੈਂ ਬਿੱਲ ਦੇ ਚੁੱਕਾ ਪ੍ਰੀਵੀਅਸ ਪੇਮੈਂਟ ਜਦੋਂ ਤੁਸੀਂ ਜਾ ਕੇ 3320 ਰੁਪਏ ਮੈਂ ਦੇ ਚੁੱਕਾ ਉਹੀ ਇਹਨਾਂ ਨੇ ਸ਼ੁਰੂ ਕੀਤਾ ਇੱਕ ਤਾਂ ਪ੍ਰੀਵੀਅਸ ਐਡਜਸਟਮੈਂਟ ਪ੍ਰੀਵੀਅਸ ਐਡਜਸਟਮੈਂਟ ਉਹੀ ਹੁੰਦੀ ਆ ਇਹਦੇ ਵਿੱਚ ਉਹ ਉਦੋਂ ਲਿਖਿਆ ਹੋਏਗੀ ਅਮਾਊਂਟ ਜਦੋਂ ਤੁਸੀਂ ਐਕਸਟਰਾ ਬਿੱਲ ਦਿੱਤਾ ਹੋਇਆ ਵਾ ਪਹਿਲਾਂ ਠੀਕ ਹੈ 3304 ਰੁਪਏ ਹੁਣ 3304 ਰੁਪਏ ਆਪਣੇ ਮੈਂ ਇਹਦੇ 'ਚ ਮਾਈਨਸ ਕਰ ਦੂੰਗਾ ਮਾਈਨਸ ਕਰਨਾ ਇਹਨੂੰ ਐਡ ਨਹੀਂ ਕਰਨਾ ਕਿਉਂਕਿ ਇਹ ਆਪਾਂ ਬਿੱਲ ਦੇ ਚੁੱਕੇ ਹਾਂ 3942 ਠੀਕ ਹੈ ਹੁਣ ਤੁਸੀਂ ਅੱਗੇ ਦੇਖਦੇ ਹੋ ਪ੍ਰੀਵੀਅਸ ਐਰੀਅਰ ਐਰੀਅਰਸ ਹੁੰਦੇ ਜਿਹੜੇ ਹੁੰਦੇ ਨੇ ਇਹ ਹੁੰਦਾ ਵਾ ਜਦੋਂ ਤੁਸੀਂ ਬਿੱਲ ਨਹੀਂ ਦੇ ਪਾਉਂਦੇ ਮੰਨ ਲਓ ਤੁਸੀਂ ਹਾਫ ਬਿੱਲ ਦਿੱਤਾ ਵਾ ਜਾਂ ਕੁਛ ਅਮਾਊਂਟ ਦਿੱਤੀ ਹੈ ਕੁਛ ਰਹਿ ਗਈ 100 ਰੁਪਏ ਰਹਿ ਗਿਆ 200 ਰੁਪਏ ਰਹਿ ਗਿਆ ਜਾਂ ਅੱਧਾ ਬਿੱਲ ਰਹਿ ਗਿਆ ਉਹ ਸਾਰਾ ਇੱਥੇ ਸ਼ੋਅ ਹੋਊਗਾ ਉਹਦੇ ਉੱਪਰ ਸਰਚਾਰਜ ਵੀ ਪਊਗਾ ਅਗਰ ਹੋਇਆ ਤਾਂ ਇੰਟਰਸਟ ਵੀ ਪਊਗਾ ਅਤੇ ਇੰਟਰਸਟ ਤਾਂ ਪਏਗਾ ਹੀ ਪਏਗਾ ਠੀਕ ਹੈ ਅਤੇ ਉਹ ਤੁਹਾਡੇ ਇੱਥੇ ਸ਼ੋਅ ਹੋਊਗਾ ਹੁਣ ਮੇਰਾ ਕੋਈ ਪਿਛਲਾ ਬਿੱਲ ਨਹੀਂ ਖੜਾ ਤਾਂ ਇੱਥੇ 0 ਆ ਰਿਹਾ ਵਾ ਠੀਕ ਹੈ ਇਹਦਾ ਮਤਲਬ ਬਾਕੀ ਜਗ੍ਹਾ 'ਤੇ ਮੋਸਟਲੀ ਆ ਸਾਰੇ 0 ਰਹਿੰਦੇ ਨੇ ਠੀਕ ਹੈ ਸਾਰੇ 0 ਨੇ ਹੁਣ ਜੋ ਉੱਥੇ ਸ਼ੋਅ ਹੋ ਰਿਹਾ ਇਹ ਮੇਰਾ ਬਿੱਲ ਹੋਏਗਾ 3942 ਅਤੇ ਉਹਦੇ ਕੋਲ ਅਗਰ ਆਪਾਂ ਚੈੱਕ ਕਰਦੇ ਹਾਂ ਤਾਂ ਮੇਰਾ ਬਿੱਲ 3940 ਹਾਂਜੀ 2 ਰੁਪਏ ਹੈ ਜਿਹੜਾ ਹੁਣ 2 ਰੁਪਏ ਦਾ ਜੋ ਫਰਕ ਪੈ ਰਿਹਾ ਵਾ ਇਹ ਉਹੀ ਫਰਕ ਹੈ ਜੋ ਇੱਥੇ ਮੈਂ ਤੁਹਾਨੂੰ ਦੱਸਿਆ ਨਾ ਟੈਕਸਿਸ ਇਹ ਆਪਾਂ ਰਾਊਂਡ ਫਿਗਰ ਲਗਾ ਲਈ ਸੀਗੀ ਆਪਣਾ 38 ਲਗਾਤੇ 19 ਲਗਾਤੇ ਉਹ ਤਾਂ ਉਹਦਾ ਚੱਕਰ ਪਿਆ ਬਾਕੀ ਮੇਨ ਇਕੁਅਲ ਹੋ ਗਿਆ ਆਪਣਾ ਠੀਕ ਹੈ ਅਗਰ ਫਿਰ ਵੀ ਮੇਰੀ ਵੀਡੀਓ ਤੋਂ ਵੀ ਤੁਹਾਨੂੰ ਕਨਫਿਊਜ਼ਨ ਅਗਰ ਹੋ ਰਹੀ ਆ ਸਾਰਾ ਕੁਛ ਕੈਲਕੂਲੇਸ਼ਨ ਕਰਨ ਤੋਂ ਬਾਅਦ ਵੀ ਤਾਂ ਸਿੰਪਲ ਜਿਹਾ ਦੱਸ ਦੇਣਾ ਆਹ ਦੇਖੋ ਆ ਸਾਰਾ ਲਿਖਿਆ ਹੋਇਆ ਉਹਨਾਂ ਨੇ ਟੋਟਲ ਅਮਾਊਂਟ ਕਿੱਦਾਂ ਕੈਲਕੂਲੇਸ਼ਨ ਹੋਈ ਆ ਜਿੰਨੀਆਂ ਕੈਟਗਰੀ ਲਿਖੀਆਂ ਨਾ ਏ ਬੀ ਸੀ ਵਗੈਰਾ ਉਹਦੇ ਅਕੋਰਡਿੰਗ ਮੈਂ ਦੱਸਿਆ ਵਾ ਏ ਦੇ ਵਿੱਚ ਪਲੱਸ ਕਰੋ ਬੀ ਬੀ ਸੀ ਪਲੱਸ ਏ ਵੀ ਡੀ ਪਲੱਸ ਈ ਪਲੱਸ ਐਫ ਮਾਈਨਸ ਕਰਨੀ ਆ ਜੀ ਪਲੱਸ ਕਰਨਾ ਐਚ ਐਚ ਪਲੱਸ ਕਰਨਾ ਆਈ ਮਾਈਨਸ ਜੇ ਮਾਈਨਸ ਠੀਕ ਹੈ ਇਹ ਸਾਰੇ ਤੁਹਾਨੂੰ ਪਤਾ ਲੱਗਦਾ ਜਿਵੇਂ ਹੁਣ ਆਈ ਐਂਡ ਜੇ ਸਬਸਿਡੀਜ਼ ਵਗੈਰਾ ਹੁੰਦੀਆਂ ਵਾ ਇਹ ਵੀ ਅਗਰ ਹੁੰਦੀਆਂ ਤਾਂ ਇਹ ਮਾਈਨਸ ਹੋਣੀਆਂ ਸੀਗੀਆਂ ਦੋਨੋਂ ਚੀਜ਼ਾਂ ਇਹ ਮਾਈਨਸ ਵਾਲੀਆਂ ਚੀਜ਼ਾਂ ਮੋਸਟਲੀ ਮਾਈਨਸ ਵਾਲੀਆਂ ਚੀਜ਼ਾਂ ਇਹ ਹੁੰਦੀਆਂ ਵਾ ਐਡਜਸਟਮੈਂਟ ਸੈਂਡਰੀ ਅਲਾਂਸ ਐਂਡ ਸਬਸਿਡੀਜ਼ ਠੀਕ ਹੈ ਇਹ ਤੁਸੀਂ ਤੁਹਾਨੂੰ ਕੈਲਕੂਲੇਸ਼ਨ ਦਿੱਤੀ ਹੋਏਗੀ ਅਗਰ ਕਿਸੇ ਲੋਕਾਂ ਨੇ ਮਤਲਬ ਕਿਸੇ ਪਬਲਿਕ ਨੇ ਹੈਲਪ ਲੈਣੀ ਹੋਵੇ ਉਹ ਆਹ ਕੈਲਕੂਲੇਸ਼ਨ ਦਿੱਤੀ ਹੋਈ ਹੈ ਠੀਕ ਹੈ ਇੱਥੇ ਆਪਣੀ ਤੁਹਾਨੂੰ ਪਤਾ ਹੀ ਆ ਬਾਕੀ ਡਿਊ ਡੇਟਸ ਕੈਸ਼ ਔਨਲਾਈਨ ਆਪਣੀ ਡਿਊ ਡੇਟ 26 ਤਰੀਕ ਲਿਖੀ ਹੋਈ ਆ ਅਤੇ ਚੈੱਕ ਦੀ ਓਬਵੀਅਸਲੀ 3 ਦਿਨ ਪਹਿਲਾਂ ਹੋਏਗੀ ਚੈੱਕ ਲੱਗਣ ਨੂੰ ਟਾਈਮ ਲੱਗਦਾ ਅਤੇ ਅੱਗੇ ਸਰਚਾਰਜ ਦਿੱਤਾ ਹੋਇਆ ਅਗਰ ਤੁਸੀਂ 15 ਦਿਨ ਬਾਅਦ ਪੇਮੈਂਟ ਕਰਦੇ ਹੋ ਤਾਂ ਇੰਨੇ ਪੈਸੇ ਤੁਹਾਨੂੰ ਐਕਸਟਰਾ ਪੈਣਗੇ ਅੱਗੇ ਤਾਂ ਮੋਸਟਲੀ ਤੁਹਾਨੂੰ ਪਤਾ ਹੀ ਹੈ ਸਾਰਾ ਅਤੇ ਇਹ ਬਿੱਲ ਦੀ ਜੋ ਆਪਣੀ ਕੈਲਕੂਲੇਸ਼ਨ ਤੁਹਾਨੂੰ ਦੱਸੀ ਆ ਮੈਂ ਇਹ ਕਈ ਵਾਰ ਜ਼ਰੂਰਤ ਪੈ ਸਕਦੀ ਹੈ ਕਰਨ ਦੀ ਤਾਂ ਮੈਂ ਤੁਹਾਨੂੰ ਇੱਕ ਵੀਡੀਓ ਬਣਾ ਦਿੱਤੀ ਹੈ ਠੀਕ ਹੈ ਅਤੇ ਅਗਰ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਿਓ ਕਿਉਂਕਿ ਮੈਂ ਮੋਸਟਲੀ ਰੈਂਡਮ ਵੀਡੀਓਜ਼ ਹੀ ਬਣਾਉਣਾ ਵਾ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਹੈਲਪ ਦੀ ਵੀਡੀਓਜ਼ ਠੀਕ ਹੈ ਅਗਰ ਕੁਛ ਵੀ ਗਲਤ ਬੋਲਿਆ ਗਿਆ ਹੋਵੇ ਤਾਂ ਮੈਨੂੰ ਪਲੀਜ਼ ਮੈਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕਰਿਓ ਕਮੈਂਟ ਕਰਿਓ ਠੀਕ ਹੈ ਜੀ ਥੈਂਕ ਯੂ